ਦਾ ਪਹਾੜੀ ਆਸਾਨੀ ਨਜ਼ਰ ਚ ਅਸੀਂ ਅੱਜ ਜਾਮੀਆ ਮਸਜਿਦ ਆਦਮਾਬਾਦ ਅਸਾਂ ਇੱਥੇ ਆ ਗਏ ਹਾਂ ਜੀ ਜੁਮਾ ਪੜ੍ਹਨੇ ਵਾਸਤੇ ਸੁਣੋ ਜੁਮਾ ਪੜ੍ਹਨੇ ਇੱਥੇ ਕੋਈ ਵੀ ਨਹੀਂ ਬੰਦ ਕਰੀ ਦੱਸਣਾ ਹੁਣ ਅਸਾਂ ਕੀ ਮਹਿਸੂਸ ਹੋਣਾ ਜੀ ਕਿ ਵਾਕਈ ਜੁਮਾ ਬਾਜ਼ਾਰ ਆ ਉਸ ਤੱਕ ਰਸ਼ ਜੇ ਸੂਰਤ ਹਾਲ ਹੈ ਜੋ ਜ਼ਿਆਦਾ ਤੁਸੀਂ ਖਲਦੇ ਪਏ ਹੋ ਮਸੀਦੀ ਬਾਹਰ ਨਮਾਜ਼ ਪੜ੍ਹਨੇ ਆਏ ਸਾਂ ਆਏ ਸੋ ਜਾਂ ਹੁਣ ਆਇਓ ਨਾ ਨਾ ਆਏ ਸਾਂ ਨਮਾਜ਼ ਪੜ੍ਹੀ ਰਹੇ ਆ ਸਸੀ ਪਾ ਬਹੁਤ ਤੇਜ਼ ਆ ਰਿਹਾ ਨਾ ਦੋਸਤਾਂ ਦੇ ਪਾ ਹਾਂ ਫਿਰ ਮੈਂ ਨਾ ਗੋਸ਼ਤ ਕਿਨ ਜਾਉ ਮੈਂ ਗੋਸ਼ਤ ਰਿਹਾ ਮੁੰਨੂ ਮੈਂ ਗਾਇਆ ਖਕੜੀ ਜਈ ਨਾ ਲਾਈ ਨਾ ਜੀ ਅੱਜ 150 ਨਹੀਂ 2 ਕਿਲੋ ਮੱਖੀਆਂ ਸਮੇਤ ਸਾਡਾ ਕੋਈ ਬਾਕੀ ਮੱਖੀਆਂ ਥੱਕਦੀਆਂ ਆਈਆਂ ਆ ਮੱਖੀਆਂ ਨੂੰ ਸੀਜ਼ਨ ਮੈਂ ਨਾ ਆਈ ਗਿਆ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਈਟ ਠੀਕ ਠਾਕ ਸੋ ਹੈ ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤੱਕ ਰਹੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸਾਡੀ ਖਿਦਮਤ ਫਿਰ ਹਾਜ਼ਰਾਂ ਜੀ ਇੱਕ ਨਈ ਵੀਡੀਓ ਕਨੀਤ ਹੈ ਮੈਂ ਸਮਝ ਰਿਹਾ ਜੀ ਅੱਜ ਇੰਤਹਾਈ ਖੂਬਸੂਰਤ ਹੈ ਚਰ ਚਿਹਰੇ ਵੇ ਬਾਹਰ ਫਿਰਨੇ ਤੁਰਨੇ ਵਾਲੇ ਇਹ ਜਿਹੜੇ ਝਾੜ ਹੈ ਨੇ ਜੀ ਇਹ ਸਾਂ ਸਮਝੀ ਕਿਨੂੰ ਹੈ ਕਿ ਬਾਹਰ ਫਿਰਨੇ ਤੁਰਨੇ ਵਾਲੇ ਝਾੜ ਹੈ ਇਸੀ ਬੰਦਾ ਬਾਹਰ ਜੀ ਸਕਣਾ ਜੀ ਈਜ਼ੀਲੀ ਅਸੀਂ ਕੋਈ ਟੈਨਸ਼ਨ ਨਹੀਂ ਹੋਣਗੀ ਆ ਕਿ ਬਾਰਿਸ਼ ਆਈ ਹੈ ਜੀ ਬਾਰਿਸ਼ ਆਈ ਹੈ ਸਾਡੇ ਗ੍ਰਾਇਨ ਦਾ ਵਿਊ ਚੱਕ ਲਓ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਆ ਜੀ ਉਹ ਅੱਜ ਸਹੀ ਨਜ਼ਰ ਆਈ ਰਿਹਾ ਕੋਈ ਅੰਨਾ ਨਜ਼ਰ ਨਹੀਂ ਆਈ ਰਿਹਾ ਤਾਂ ਬਾਕੀ ਆਸਾਂ ਤੱਕ ਉਸ ਵਾ ਜੀ ਲਾਲ ਹਵੇਲੀ ਤਾਂ ਲਾਲ ਹਵੇਲੀ ਵੀ ਮੈਂ ਸਹੀ ਦੂਰੋਂ ਨਜ਼ਰ ਆਈ ਰਿਹਾ ਕਿਉਂਕਿ ਇਸ ਰੰਗ ਜਿਹੜਾ ਹੈ ਜੀ ਉਹ ਆਪਣਾ ਜਾਂ ਸੂਹਾ ਰੰਗ ਹੈ ਇਸ ਵਜ੍ਹਾ ਤੋਂ ਅਸੀਂ ਇਸੀ ਆਉਣੇ ਹਾਂ ਜੀ ਲਾਲ ਹਵੇਲੀ ਲਾਲ ਹਵੇਲੀ ਜਿਸ ਉਹਨਾਂ ਨੇ ਸੀ ਸੂਹਾ ਰੰਗ ਕਰਿਆ ਨਾ ਉਹਨਾਂ ਇਸ ਨੂੰ ਨਾਂ ਰੱਖੀ ਹੋਇਆ ਜੀ ਲਾਲ ਹਵੇਲੀ ਤਾਂ ਬਾਕੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਘਰ ਵਿੱਚ ਤਾਂ ਸਾਰੀ ਗਲੀ ਆ ਤਾਂ ਗਲੀ ਵਿੱਚ ਜਿਹੜੀ ਪਲਾਸਟਿਕ ਪਈ ਸੀ ਉਹ ਵੀ ਉਡਰੀ ਗਈ ਹੈ ਕਿਉਂਕਿ ਪਿੱਛੇ ਪਿਆ ਜੀ ਨਾਸਾ ਸਾਰੀ ਪਲਾਸਟਿਕ ਜਿਹੜੀ ਆ ਜੀ ਉਹ ਫਾੜੀ ਉੜੀ ਹੈ ਸਾਹਮਣੇ ਬੂਟਿਆਂ ਨੇ ਨੀਚਾ ਛਾਂਝ ਰਿਹਾ ਜੀ ਉਹ ਹੁਣ ਮੈਂ ਫੁੱਲ ਸਹੀ ਤਿਆਰ ਹੋਈ ਵੀ ਆ ਇਹਦਾ ਸਾਡੀ ਬੱਚੀ ਨਹੀਂ ਰੱਸੀ ਕਿਉਂਕਿ ਉਹ ਅੱਗੇ ਵੀ ਆ ਬਾਹਰ ਫਿਰਨੇ ਤੁਰਨੇ ਉਸਨੇ ਜਿਹੜੀ ਰੱਸੀ ਆ ਜੀ ਉਹ ਇੱਥੇ ਹੀ ਪਈ ਵੀ ਆ ਤਾਂ ਬਾਕੀ ਹੋਰ ਬੂਟੇ ਜਿਹੜੇ ਆਏ ਜੀ ਛਾਵਾਂ ਉਹ ਵੀ ਹੁਣ ਫੁੱਲ ਤਿਆਰ ਹੋਏ ਕਿਉਂਕਿ ਮਹੀਨਾ ਜਿਹੜਾ ਆਇਆ ਜੀ ਉਹ ਪੰਜਵਾਂ ਲਗਾ ਤਾਂ ਇਹਨਾਂ ਨੇ ਉੱਪਰ ਗੁਲਜਾਰ ਨਿਕਲਣਾ ਸ਼ੁਰੂ ਹੋਣੇ ਨਾ ਉਹ ਤ੍ਰੀਏ ਮਹੀਨੇ 'ਚ ਹੋਣੇ ਜ਼ਰਾ ਉਹਨਾਂ ਨੂੰ 2 ਮਹੀਨੇ ਗੁਜ਼ਰੀ ਗਏ ਤਾਂ ਛਾਂ ਵੇਲਾ ਤਾਂ ਬਣਨਾ ਸ਼ੁਰੂ ਹੋਈ ਹੈਗੀ ਹੈ ਤਾਂ ਬਾਕੀ ਇਹਦਾ ਹੈ ਗੇਟ ਗੇਡੂ ਨਿਕਲਣੇ ਆ ਬਾਹਰ ਤਾਂ ਔਰ ਸੰਗੀ ਚੱਕ ਕਰਾਉਣੇ ਆ ਜੀ ਗ੍ਰਾਇਨ ਵਿਊ ਤਾਂ ਗ੍ਰਾਇਨ ਜਿਹਾ ਵਿਊ ਹੈ ਜੀ ਉਹ ਵੀ ਮਾਸ਼ਾਅੱਲਾ ਬਹੁਤ ਹੀ ਪਿਆਰਾ ਹੈ ਮੈਂ ਸਾਇੰਸ ਪੂਰਾ ਗ੍ਰਾਂ ਚੱਕ ਕਰੀ ਸਕਦਾ ਕੋਈ ਐਸਾ ਘਰ ਸੰਗੀ ਨਜ਼ਰ ਨਹੀਂ ਅੱਛਣ ਗਿਆ ਜਿਹੜਾ ਇਸ ਕੈਮਰੇ ਦੀ ਅੱਖਾਂ ਸੂ ਬਚਿਆ ਹੋਇਆ ਜਾਂ ਛੁਪਾ ਹੋਇਆ ਕਿਉਂਕਿ ਇਸ ਜਦੋਂ ਸਾਰਾ ਗ੍ਰਾਂ ਨਜ਼ਰ ਆਈ ਜਾਣਾ ਤਾਂ ਬਾਕੀ ਉਹ ਪਿੱਛੇ ਜੀ ਜੰਡ ਜੰਡੀ ਬਹਿ ਕੋਈ ਰਿਹਾ ਕਰਨੀ ਬਹਿ ਜਿਹੜੇ ਜੀ ਉਹ ਸਾਰੇ ਚੁਣਨਗੇ ਬਾੜੀਆਂ ਜਿਹੜੀ ਕਣਕ ਹੈ ਜੀ ਆਲਮੋਸਟ ਸਾਰੀ ਕੱਪਣ ਗਈ ਕੋਈ ਉੱਕੀ ਦੁੱਖੀ ਬਾੜੀ ਰਹਿ ਗਈ ਆ ਜਿਸ ਕੀ ਕਣਕ ਹੋਇਆ ਨਹੀਂ ਤਾਂ ਕਣਕਾਂ ਸਾਰੀਆਂ ਬਾੜੀਆਂ 'ਚੋਂ ਹੀ ਕੱਪਣ ਗਈਆਂ ਬਾਕੀ ਉਹ ਪਾਸਾਂ ਚੱਕ ਕਰੋ ਜੀ ਮੰਗਲਾ ਡੈਮ ਨਾ ਏਰੀਆ ਸਹੀ ਮੰਗਲਾ ਡੈਮ ਨਜ਼ਰ ਅੱਛਣਾ ਹੋ ਸੀ ਆ ਉਹ ਵੀ ਹਲਕਾ ਹਲਕਾ ਕਿਉਂਕਿ ਧੁੰਦ ਪਏ ਵੀ ਆ ਇਸ ਵਜ੍ਹਾ ਤੋਂ ਸੰਗੀ ਉਹ ਸਹੀ ਨਜ਼ਰ ਨਾ ਆਈ ਰਿਹਾ ਉਹ ਸੀ ਹੈ ਮੰਗਲਾ ਡੈਮ ਨੇ ਏਰੀਆ ਕਣਕਾਂ ਸਟਿਲ ਉਸੇ ਤਰ੍ਹਾਂ ਪੀਆਂ ਹੋਈਆਂ ਉਹ ਜਿਹਾ ਕੱਪਣ ਕਾਉਣੀ ਹੋਈਆਂ ਕਿਉਂਕਿ ਉਹ ਕਣਕਾਂ ਜਿਹੜੀਆਂ ਸਨ ਜੀ ਉਹ ਲੇਟ ਰੜੀਆਂ ਸਨ ਇਸ ਵਜ੍ਹਾ ਤੋਂ ਕਣਕਾਂ ਜਿਹੜੀਆਂ ਜੀ ਉਹ ਨੀਲੀਆਂ ਆ ਤਾਂ ਉਹਨਾਂ ਨੇ ਕਟਾਈ ਵੀ ਹੋਈ ਰਹੀ ਆ ਕਿਉਂਕਿ ਡੈਮ ਦਾ ਪਾਣੀ ਹੋਇਆ ਜੀ ਉਹ ਬੜੀ ਤੇਜ਼ੀ ਨਾਲ ਉੱਪਰ ਆਈ ਰਿਹਾ ਜ਼ਿਆਦਾ ਕਣਕਾਂ ਜਿਹੜੀਆਂ ਜੀ ਉਹ ਪਾਣੀਆਂ ਵੀ ਡੁੱਬੀਆਂ ਤਾਂ ਵਾਹ ਨਹੀਂ ਕੋਸ਼ਿਸ਼ ਜਿਹੜੀ ਆ ਜੀ ਇੰਨੇ ਕੱਪੀ ਕਿਨੋ ਹੈ ਜ਼ਰਾ ਬਾਦੀ ਸਾਂ ਸਕਾਈ ਕੇ ਸਾਂ ਕਿਉਂਕਿ ਉਹਨਾਂ ਨੇ ਅੰਦਰ ਦਾਣਾ ਤਾਂ ਪਿਆ ਹੋਇਆ ਦਾਣਾ ਚਲੋ ਪਤਲਾ ਹੋ ਜਾ ਸੀ ਆ ਵਜ਼ਨ ਸਾਂ ਘੱਟੀ ਜਾ ਸੀ ਆ ਫਿਰ ਵੀ ਕੁਝ ਨਾ ਕੁਝ ਅੱਸੀ ਆ ਸਾਰੀ ਕਣਕ ਖੋਣੇ ਸੂਬੇ ਤਰ੍ਹਾਂ ਕੁਝ ਨਾ ਕੁਝ ਪਾਈ ਕਿਨੋ ਹੈ ਸਾਰੀ ਬਾੜੀ ਵਿੱਚ ਪੋਲੀ ਹੁਣ ਜੰਮਣਾ ਸ਼ੁਰੂ ਹੋਏਗੀ ਆ ਇਸੇ ਵੀ ਕਰਨਾ ਪੈ ਸੀ ਆ ਬਾਹਰ ਕਿਉਂਕਿ ਇਸ ਸਾਲ ਸਾਂ ਇਹ ਕੱਢੀ ਨਾ ਤਾਂ ਅਗਲੇ ਸਾਲ ਇਤਨੀ ਜ਼ਿਆਦਾ ਹੋ ਜਾ ਸੀ ਨਾ ਇਤਨੀ ਜ਼ਿਆਦਾ ਹੋ ਜਾ ਸੀ ਨਾ ਕਿ ਬਾੜੀ 'ਚ ਦਰਾਟ ਵੀ ਨਹੀਂ ਫਿਰਨ ਕੀ ਆ ਕਿ ਦਰਾਟੀ ਕਿਸਾਬਾਂ ਤਾਂ ਕਣਕ ਨਹੀਂ ਗੱਡੀ ਕਿਸਾ ਰੱਖਾਂ ਅਕੀ ਮੈਂ ਸ਼ਾਂ ਸੰਗੀ ਦੁਆ ਗ੍ਰਾਂ ਚੱਕ ਕਰਿਆ ਜੀ ਇਹ ਗ੍ਰਾਂ ਸਾਂ ਸੰਗੀ ਕਦੇ ਨਹੀਂ ਚੱਕ ਕਰਿਆ ਉੱਕਾ ਦੁੱਕਾ ਕੋਲ ਚੱਕ ਕਰਿਆ ਨਹੀਂ ਤਾਂ ਜ਼ਿਆਦਾ ਰਹੀ ਜਾਣਾ ਇਹ ਜਿਹੜੇ ਘਾੜ ਹੈ ਜੀ ਇਹ ਦੰਦੀਆਂ ਵਾਲੇ ਘਾੜ ਹੈ ਕਿਉਂਕਿ ਦੰਦੀ ਕੋਲ ਪਏ ਇਸ ਵਜ੍ਹਾ ਅਸੀਂ ਆਹਾਂ ਜੀ ਦੰਦੀਆਂ ਵਾਲੇ ਘਾੜ ਫਾਈਨਲ ਇਸ ਵੇਲੇ ਪੁੱਛੀ ਆਇਆ ਜੀ ਖਾਦਮਾਬਾਦ ਬਾਜ਼ਾਰ
ਮਾਸ਼ਾਅੱਲਾ ਸੁਣਾ ਤਾਂ ਕੁਝ ਹਦਮਾਬਾਦ ਬਾਜ਼ਾਰ ਨਾ ਵਿਓ ਗੱਡੀਆਂ ਛੱਡੀਆਂ ਥਾ ਖਲਤੀਆਂ ਨਾਲ ਮੋਟਰਸਾਈਕਲ ਵੀ ਖਲਤੇ ਤਾਂ ਪਾਰ ਯਾ ਸਾਈ ਨਜ਼ਰ ਚ ਹੋਸੀ ਅਜੀ ਜਾਮੀਆ ਮਸਜਿਦ ਹਦਮਾਬਾਦ ਅਸਾਂ ਇਥੇ ਆ ਗਏ ਆ ਜੀ ਜੁਮਾ ਪੜਨੇ ਵਾਸਤੇ ਤਾਂ ਰੋਡਾਂ ਸੰਗੀ ਆਵਾਮ ਨਜ਼ਰ ਕੋਣੀ ਆਈ ਵੀ ਹੋਸੀ ਕਿ ਆਵਾਮ ਸਾਰੀ ਜਿਹੜੀ ਆ ਜੀ ਉਹ ਮਸਜਿਦ ਗੇਠੀ ਆ ਜੁਮਾ ਪੜਨੇ ਵਾਸਤੇ ਆਏ ਜੀ ਗੱਡੀਆਂ ਖਲਤੀਆਂ ਸਾਰੀਆਂ ਗੱਡੀਆਂ ਜੀ ਰਹਿ ਜੀ ਫਰੂਟ ਵਾਲੀਆਂ ਤਾਂ ਸਬਜ਼ੀ ਵਾਲੀਆਂ ਤਾਂ ਪਾਪਾ ਵੀ ਹੁਣ ਜੁਲੇ ਜੁਮਾ ਸ਼ੁਮਾ ਪੜਨੇ ਸਭ ਬਾਕੀ ਆ ਸਾਂ ਤਾਂ ਕੋਣ ਫਰੂਟਾਂ ਵਾਲੇ ਪਾਪਾ ਇੱਥੇ ਹੁਣ ਖਲਤੇ ਇੰਤਜ਼ਾਰ ਕਰੀ ਰਿਹਾ ਕਿ ਆਵਾਮ ਅੰਦਰੋਂ ਬਾਹਰ ਨਿਕਲਿਆ ਤਾਂ ਫਿਰ ਬੰਦਾ ਬਾਹਰ ਅੱਛਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਸਲਾਮ ਅਲੈਕੁਮ ਕੀ ਹਾਲ ਹੈ ਜੀ ਠੀਕ ਹੋ ਅੱਛਾ ਗੱਡੀ ਸੋਹਣੀ ਇੱਧਰ ਲੱਗੀ ਹੋਈ ਹੈ ਮਾਸ਼ਾਅੱਲਾ ਸੋਹਣੀ ਉੱਧਰ ਹੈ ਸੇਬ ਜੁਲੇ ਨੇ ਰੋਟੀ ਨਹੀਂ ਜਾ ਸੇਬ ਖਾਣੇ ਹੋ ਰੋਟੀ ਫਰੂਟ ਖਾਣੇ ਵਾ ਪੱਕੀ ਗੱਲ ਹੈ ਰੋਟੀ ਵਧੀ ਆਉਣ ਸਵਾ ਪਿੱਛਾ ਦਾਲ ਲਗਾ ਤਾਂ ਤੱਕ ਮੈਂ ਖਾਈ ਕਹਿੰਦਾ ਚਾਚਾ ਵਧੀ ਅਸੀਂ ਆ ਤਾਂ ਕੰਮ ਕਰੀ ਕਹਿੰਦਾ ਮੈਂ ਖੈਰ ਹੁਣ ਸਾਹਿਬ ਜੁਲੇ ਹਾਂ ਜੀ ਮਸਜਿਦ ਨਮਾਜ਼ ਪੜੀ ਕਹਿੰਦਾ ਸਾਨੂੰ ਤਾਂ ਕੋਈ ਦੁਮਾਣੀ ਵਾਲੀ ਗੱਡੀ ਵੀ ਆਈ ਗਈ ਆ ਫੁੱਲ ਫੁੱਲ ਹੋਈ ਵੀ ਆ ਨਾ ਨਾ ਫੁੱਲ ਪੜੀ ਵੀ ਆ ਜਾ ਸਾਨੂੰ ਤਾਂ ਕਿਹਨੂੰ ਦੁਮਾਣੇ ਥਾ ਕਿਤੇ ਆਏ ਮਾਸ਼ਾਅੱਲਾ ਬਾਕੀ ਹੁਣ ਜੁਲੇ ਜੀ ਮਸਜਿਦ ਨਮਾਜ਼ ਜੁਮਾ ਪੜੀ ਕਹਿੰਦਾ ਤਾਂ ਫਿਰ ਸੰਗ ਮਿਲਣਾ ਪਾਣੇ ਲਈ ਨਮਾਜ਼ ਜੁਮਾ ਪੜੀ ਤਾਂ ਆਈ ਗਿਆ ਸਾਂ ਜੀ ਜੁਮਾ ਬਾਜ਼ਾਰ ਵਿੱਚ ਆ ਮਾਸ਼ਾਅੱਲਾ ਸਾਨੂੰ ਤਾਂ ਕੋਈ ਜੁਮਾ ਬਾਜ਼ਾਰ ਨਾ ਵੀ ਉਹ ਅੱਜ ਜੁਮਾ ਬਾਜ਼ਾਰ ਹੀ ਸਾਨੂੰ ਰੱਖਿਆ ਨਜ਼ਰ ਆਈ ਗਿਆ ਜੀ ਉਹ ਘੱਟ ਨਜ਼ਰ ਆਈ ਕਿ ਅੱਗੇ ਵਾਹ ਜਿਹੜੀ ਅੱਜ ਸਾਰੀ ਗੱਲਾਂ ਹੀ ਬਿਜ਼ੀ ਆ ਤਾਂ ਆਪਣੇ ਮੌਸਮ ਸਾਡੇ ਕੋਲ ਮੌਸਮ ਜਿਹੜਾ ਜੀ ਉਹ ਵੀ ਖਰਾਬ ਹੈ ਤਾਂ ਇਸ ਵਜ੍ਹਾ ਤੋਂ ਬਾਜ਼ਾਰ ਵਿੱਚ ਰੱਖ ਜਿਹੜਾ ਹੈ ਜੀ ਉਹ ਘੱਟ ਹੈ ਤਾਂ ਕੋਈ ਜਿਹਾ ਵਾਹ ਜਿਹੜੀ ਅੱਜ ਉਹ ਅੰਦਰ ਵੀ ਆ ਜਾ ਰਹਿ ਸਾਰਾ ਸਹੀ ਹੈ ਜੀ ਆਈ ਹੈ ਸਹਿ ਸਾਰਾ ਰਸ਼ ਸੁਤਾਲ ਚੱਕ ਕਰੋ ਦਾ ਇਹਦਾ ਵੀ ਜ਼ਿਆਦਾ ਸ਼ਾਇਰਾ ਜੀ ਉਹ ਵੀ ਨਾ ਹੋਣੇ ਨੇ ਬਰਾਬਰ ਹੈ ਇਹ ਵਾਹ ਦੇ ਰਹੀ ਹੈ ਟਰੱਕਾਂ ਟਰਾਲੀਆਂ ਦੇ ਕਣਕਾਂ ਧੋਣੇ ਵਾਲੇ ਤਾਂ ਸਿੱਟੇ ਆ ਸਕੇ ਨਜ਼ਰ ਅਛਣੇ ਹੋ ਸਕਣਾ ਟਰਾਲੀ ਪੇ ਹੋਏ ਜੀ ਸਿੱਟੇ ਪੱਕਾ ਦੱਸੋ ਉਹ ਕਣਕਾਂ ਨੇ ਸਾਰਾ ਪਾਪਾ ਅਸਲਾਮ ਵਾਲੇਕਮ ਚੱਲ ਜੀ ਠੀਕ ਹੋ ਸਰ ਠੀਕ ਹੈ ਅੱਲਾਹ ਦਾ ਸ਼ੁਕਰ ਦੁਆ ਕਰੀ ਜਦੋਂ ਹੋਰ ਜੀ ਸਭ ਘਰ ਠੀਕ ਹੋ ਕੋਈ ਖਲਦੇ ਪਏ ਹੋ ਪੱਕੀ ਗੱਲ ਆ ਨਾ ਵੈਸੇ ਮਸਜਿਦ ਮੈਂ ਤੱਕਿਆ ਕੌਣ ਸੀ ਜੁਮਾ ਬਾਜ਼ਾਰ ਜੇ ਜਾ ਜੇ ਓਟ ਓਟ ਵੀ ਥੋੜਾ ਬਿਮਾਰ ਲੱਗਣਾ ਪਿਆ ਪਤਾ ਲੱਗਾ ਭੋਲ ਲੱਦਣੇ ਰਹੇ ਇਸ ਪਰ ਕਿਆ ਇਹ ਇਸਨੇ ਪਰ ਭੇਜੀ ਆ ਟੂਰ ਖੁੱਕਲ ਤਾਂ ਇਸ ਵਜ੍ਹਾ ਅਸੀਂ ਮਹਿਸੂਸ ਹੋ ਗਿਆ ਕਿ ਜਾ ਓਟ ਹੈ ਨਾ ਕਣਕ ਲੱਦਣੇ ਵਾਲਾ ਯਾਰ ਬਾਕੀ ਸੌ ਕਣਕਾਂ ਨਹੀਂ ਕਣਕ ਰਹੇ ਇਸਨੇ ਕੱਪੀ ਰਹੇ ਹੋ ਗਈ ਰਹੇ ਹੋ ਆਟਾ ਪਿਆ ਯਾਰ ਬਾਕੀ ਅਸਾਂ ਤਾਂ ਕਹੋ ਜੀ ਫਰੂਟ ਵਾਲੀ ਦੁਕਾਨ ਤਾਂ ਫਰੂਟ ਹੀ ਅੱਜ ਮੈਂ ਸਹੀ ਨਾ ਸਜਾਇਆ ਤਰਤੀਬ ਨਾਲ ਵਾਹ ਮਿਸਾ ਜੇ ਰਿਹਾ ਦੁਕਾਨ ਸ਼ਾਪਿੰਗ ਕਰਨੇ ਵਾਸਤੇ ਅਸਾਂ ਤਾਂ ਬਾਹਰੇ ਖਾਂਦੇ ਹਾਂ ਦੁਕਾਨ ਨਾ ਜੇ ਮਾਸ਼ਾਅੱਲਾ ਹੁਣ ਅਸਾਂ ਕੀ ਮਹਿਸੂਸ ਹੋਣਾ ਜੀ ਕਿ ਵਾਕਈ ਜੁਮਾ ਬਾਜ਼ਾਰ ਹੈ ਉਸ ਤੱਕ ਰਸ਼ ਜੇ ਸੂਰਤ ਹਾਲ ਹੈ ਜੀ ਉਹ ਜ਼ਿਆਦਾ ਆਵਾਮ ਇੱਥੇ ਥੋੜ੍ਹੀ ਘੱਟ ਹੈ ਤਾਂ ਦੁਕਾਨਾਂ ਜਿਹੜੀਆਂ ਅਸੀਂ ਨਜ਼ਰ ਆ ਰਹੀਆਂ ਜੀ ਉਹ ਥੋੜ੍ਹੀਆਂ ਘਾਟੀਆਂ ਜ਼ਿਆਦਾ ਕੋਣੀਆਂ ਤਾਂ ਬਾਕੀ ਉਹ ਪਾ ਸਾ ਤੱਕ ਸੋ ਪਾਪਾ ਦੁਮਾਣਿਆਂ ਵਾਲੇ ਉਹ ਤਾਂ ਦੁਮਾਣਿਆ ਕਿੰਨੀ ਹੈ ਜੁਲੇ ਬਸ ਇਹਦਾ ਕੰਮ ਹੋਈ ਆ ਜੀ ਹੁਣ ਜੁਲੇ ਘਰ ਵੈਲਕਮ ਅੱਲਾਹ ਦਾ ਸ਼ੁਕਰ ਸਤਿ ਸ਼੍ਰੀ ਅਕਾਲ ਸਰ ਠੀਕ ਹੈ
ਅੱਜ ਕੋਈ ਦਾਰੂ ਨਹੀਂ ਕੋਈ ਫਰੂਟ ਕੋਈ ਨਹੀਂ ਕੋਈ ਨਹੀਂ ਕਿਨਾ ਮੈਂ ਕਹਿ ਰਹੀ ਸੀ ਅਗਰੀ ਬੰਦਾ ਕਾ ਤੈਨੂੰ ਮਹਿੰਗਾ ਆ ਫਿਰ ਰੋਟੀ ਵੀ ਗੁਜ਼ਾਰਾ ਕਰੋ ਆ ਰੋਟੀ ਵੀ ਗੁਜ਼ਾਰਾ ਕਰੇ ਬਰੇਗਾ ਸਬਜ਼ੀ ਖਸੋ ਉਹਨੇ ਖਾਣਾ ਹੈ ਉਹ ਦੇਖਣਾ ਪੜੇਗਾ ਉਹ ਤਾਂ ਖੰਨੇ ਪੈਸੇ ਆ ਸਬਜ਼ੀ ਦੀ ਦੁਕਾਨ ਜਿਹੜੀ ਆ ਜੋ ਉਹ ਦਾ ਅੱਗੇ ਆ ਹੁਣ ਦੁੱਧ ਜਾਂਦਾ ਸਬਜ਼ੀ ਕਿਸੇ ਆਣੇ ਫਰੂਟ ਵੀ ਕਿਨਾ ਆ ਫਰੂਟ ਆ ਸਾਂ ਦੇਖੋ ਜੀ ਅੱਜ ਥਾ ਆਈ ਵੀ ਆ ਖਕੜੀ ਤਾਂ ਨਾਲ ਹੀ ਸਬਜ਼ੀ ਤਾਂ ਨਾਲ ਹੀ ਕਰੇਲਾ ਮਾਸ਼ਾਅੱਲਾ ਕੀ ਹਾਲ ਆ ਚੌਧਰੀ ਠੀਕ ਹੈ ਜੁਮਾ ਪੜੇ ਮੁਬਾਰਕ ਜੁਮੇ ਨੀ ਪਰੇਸ਼ਾਨ ਕੀ ਹੈ ਪਰੇਸ਼ਾਨ ਕੋਈ ਹੈ ਪੱਕੀ ਗੱਲ ਹੈ ਹਾਂ ਆਵਾਮ ਕੀ ਖਕੜੀ ਕੱਪੀ ਦਾ ਚੱਕ ਖਕੜਾ ਹੀ ਰਿਹਾ ਕਿ ਖਕੜੀ ਮਿੱਠੀ ਨੇ ਤਾਂ ਖੜੋ ਹੈ ਫਿਰ ਕਿ ਚੱਕ ਕਹੀ ਦਾ ਖੜੋ ਹੈ ਚੱਕ ਸਹੀ ਮਿੱਠੀ ਲੱਗਣੀ ਨਾ ਜੀ ਤੁਸਾਂ ਘਰ ਕਿ ਜਾਓ ਤਾਂ ਘਰ ਸਾਂ ਇੱਥੇ ਦੱਸੋ ਚੱਕ ਕਸੋ ਦਾ ਮਿੱਠੀ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਕਾਲ ਆ ਸੇ ਠੀਕ ਹੈ ਸਸੀ ਪਾ ਬਹੁਤ ਤੇਜ਼ ਆ ਰਿਹਾ ਨਾ ਗੋਸ਼ਟਾ ਦੇ ਪਾ ਹਾਂ ਫਿਰ ਮੇਰਾ ਗੋਸ਼ਟ ਕਿ ਜਾਓ ਮੈਂ ਗੋਸ਼ਟ ਰਿਹਾ ਮੂਲੂ ਮਹਿੰਗਾ ਆ ਕਿਆ ਕਾ ਬੰਦਾ ਦਾਲ ਵੀ ਹੈ ਦਾਲ ਮਹਿੰਗੀ ਹੈ ਸਬਜ਼ੀ ਸਬਜ਼ੀ ਠੀਕ ਹੀ ਹੈ ਨਾਰਮਲ ਆ ਪਕਾ ਕੇ ਨਾ ਮੁੰਡਾ 200 ਰੁਪਏ ਚਿੰਡੇ ਕਿਲੋ ਲੱਭੀ ਆਣੇ ਜਲਦੀ ਬੰਨੀ ਵੀ ਜਾ ਸਕਣਾ ਹਾਂ ਬੰਨੀ ਜਾ ਸਕਣਾ ਬਿਲਕੁਲ ਹੋਰ ਖੈਰ ਹੈ ਅੱਲਾ ਸ਼ੁਕਰ ਜੁਮਾ ਮੁਬਾਰਕ ਹੋਇਆ ਸੰਗੀ ਖੈਰ ਮਾਰ ਜਨਾਬ ਸੁਲ ਮਾਰ ਕੇ ਖੈਰ ਮੁਬਾਰਕ ਬੜੀ ਖੁਸ਼ੀ ਹੈ ਮਿਲੀ ਹੈ ਜਨਾਬ ਜੀ ਜਨਾਬ ਦੇ ਮੰਡੀਆ ਬਾਤ ਕੋ ਅਗਮ ਤੇ ਕੋ ਜਮਾ ਪੜਿਆ ਮਾਸ਼ਾਅੱਲਾ ਦਿਲ ਬਾਗ ਬਾਗ ਹੋ ਗਿਆ ਗੁਜ਼ਾਰਾਂ ਲੋਕ ਬਹੁਤ ਅੱਛੇ ਨੇ ਹੈ ਹਰ ਬੰਦੇ ਨਾਲ ਮੁਲਾਕਾਤ ਹੋਈ ਜਣੀ ਹੈ ਹਰ ਬੰਦੇ ਨਾਲ ਮੁਲਾਕਾਤ ਹੋਣੀ ਹੈ ਜਨਾਬ ਮੈਂ ਥੈਂਕ ਯੂ ਸ਼ੁਕਰੀਆ ਹਰ ਠੀਕ ਹੈ ਜੀ ਬਹੁਤ ਜ਼ਾਕਲਾ ਸੌਂ ਕਰਵਾ ਸ਼ਾਪਿੰਗ ਜਿਹੜੀ ਸੌਂ ਕਰਨੀ ਆ ਤਾਂ ਬਾਕੀ ਆਉ ਸਾਂ ਤੱਕ ਸੋਚਾ ਚਾਹਣ ਗਏ ਜੋ ਥਾ ਫਰੂਟਾਂ ਦੀ ਦੁਕਾਨ ਪਰ ਕਰ ਹੁਣ ਥਾ ਜਾ ਸਾਂ ਤਾਂ ਫਰੂਟ ਜਾਇ ਨਾ ਕਿ ਨਾ ਜੋ ਆਉ ਤੂੰ ਕਿ ਸਨ ਹੈ ਖਾਣ ਇਤਨਾ ਬਿਜ਼ੀ ਆ ਇਤਨਾ ਬਿਜ਼ੀ ਆ ਕੋਈ ਆਵਾਜ਼ ਨਹੀਂ ਮਾਰੀ ਰਿਹਾ ਆਜ ਰਸ਼ ਕੋਈ ਆਈ ਰਸ਼ ਕੋਣੀ ਆਵਾਮ ਕੋ ਤੇ ਗਈ ਅੱਜ ਮੈਂ ਸੁਣਤਾ ਹੈ ਕਣਕਾਂ ਪੋੜੀ ਰਿਹਾ ਡੇ ਮੈਂ ਜੋ ਆਜ ਕੋਈ ਆਇਆ ਨਹੀਂ ਹੈ ਬਿਲਕੁਲ ਹਾਂ ਅੱਜ ਖਾਣ ਹਜ਼ਰਤ ਵੀ ਕੰਮ ਆਇਆ ਉਹ ਵੀ ਕਣਕੇ ਪਕ ਲਿਆ ਤੇ ਪਛਤੇ ਬੜਾ ਇੱਕ 150-2 ਕਿਲੋ ਕੇਲਾ 100 ਰੁਪਿਆ ਕਿਲੋ ਅੱਛਾ ਦਰਜਨ ਮੈਂ ਸਮਝਿਆ ਕਿਲੋ ਹਿਸਾਬ ਦੇ ਰਿਹਾ ਜੀ ਖਕੜੀ ਜਿਹੜੀ ਨਾ ਲਾਈਵ ਨਾ ਜੀ ਅੱਜ 150 ਨਹੀਂ 2 ਕਿਲੋ ਮੱਖੀਆਂ ਸਮੇਤ ਸਾਡਾ ਕੋਈ ਬਾਕੀ ਮੱਖੀਆਂ ਹੀ ਥੱਕਦੀਆਂ ਆਈਆਂ ਮੱਖੀਆਂ ਦਾ ਸੀਜ਼ਨ ਮੈਨਾਂ ਆ ਹੀ ਗਿਆ ਹੈ ਮਿੱਠੇ ਪੁੱਛਣਾ ਆ ਮੈਂ ਸਮਝਿਆ ਫਿੱਕੇ ਪੁੱਛਣਾ ਆ ਜੀ ਅਗਰ ਹੁਣ ਆਵਾਮ ਕੀ ਕੱਟ ਲਈ ਤਾਂ ਦੇ ਰਿਹਾ ਸੀ ਮਾਸ਼ਾ ਅੱਲਾ ਤਾਂ ਹੁਣ ਖਾਣ ਸਭ ਮੈਨਾਂ ਖਲਤੇ ਹੋਏ ਇਕੱਲੇ ਇਕੱਲੇ ਤਾਂ ਬਾਕੀ ਉਹ ਪਾਪਾ ਸਾਨੂੰ ਦੇਖੋ ਜੀ ਉਹ ਪਾਪਾ ਉਹ ਜਿਹੜੇ ਹੈ ਜੀ ਉਹ ਸੇਬ ਕੱਟੀ ਦਾ ਆਵਾਮ ਕੀ ਚੱਕ ਕਰਾਈ ਰਹੇ ਅਤੇ ਕੱਟੀ ਦਾ ਸੇਬ ਖੜੋ ਹੈ ਅਗਰ ਵਿੱਚੋਂ ਠੀਕ ਨਿਕਲਿਆ ਤਾਂ ਖੜੋ ਤਾਂ ਨਹੀਂ ਤਾਂ ਇੱਥੇ ਹੀ ਰਹਿੰਦਾ ਹੈ ਜਿਹੜਾ ਸੇਬ ਜਿਹੜਾ ਜੀ ਇਸ ਤੋਂ ਆ ਜਿਹੜਾ ਜੀ ਵਿੱਚੋਂ ਖਰਾਬ ਲੱਗਣਾ ਤਾਂ ਫਿਰ ਆਵਾਮ ਜਿਹੜੀ ਆਉਂਦੀ ਉਹ ਤੋਂ ਨਹੀਂ ਆ ਤਾਂ ਇੱਥੇ ਜਦੋਂ ਚੱਕ ਕਰਾਈ ਗਏ ਤਾਂ ਮਾਸ਼ਾ ਅੱਲਾ ਸਾਨੂੰ ਦੇਖੋ ਹੋਰ ਵੀ ਆਵਾਮ ਇੱਥੇ ਆਈ ਆ ਜੀ ਫਰੂਟ ਖੰਨੇ ਹੋ ਸਰ ਮਾਸ਼ਾ ਅੱਲਾ ਕਾਲੇ ਕਾਲੇ ਸੂਟ ਪਾਈ ਤਾਂ ਆਈ ਹੈ ਕਿ ਨਜ਼ਰ ਨਾ ਲੱਗੀ ਜਾਏ ਵਾਹ ਜੀ ਵਾਹ ਚੱਕ ਨਹੀਂ ਰਹੇ ਹੋ ਚਲੋ ਘਿਰਣੋ ਨਾ ਘਿਰਣੋ ਪਰ ਖਾਣੇ ਸਾ ਕੋਈ ਲਫਸੀ ਤਾਂ ਥਿਆ ਨਾ ਕੋਈ ਨਾ ਕੋਈ ਤਾਂ ਲਫਸੀ ਆ ਅਸਾਂ ਕੋਈ ਚੱਕ ਕਰਾ ਸਨ ਮਾਸ਼ਾ ਅੱਲਾ ਬਿਲੂ ਹਾਂ ਦਿੱਤਾ ਹੈ ਜੀ ਖਕੜੀ ਹਾਂ ਚੈੱਕ ਕਰੋ ਤਾਂ ਫਿਰ ਕਿੰਨੋ ਹੈ ਅਗਰ ਅਸਾਂ ਐਸੇ ਕੱਢਣਾ ਜੇ ਮਿੱਠੇ ਕੱਢਣਾ ਹੋਣਾ ਤਾਂ ਬਾਕੀ ਮੈਂ ਹਲੇ ਵਾਧੀ ਸਾਂ ਨਾ ਫਿੱਕਾ ਹੀ ਨਿਕਲਾਂ ਵਾਧੀ ਮਾਸ਼ਾ ਅੱਲਾ ਹੁਣ ਆਲਮੋਸਟ ਬਾਜ਼ਾਰ ਜਿਹੜਾ ਹੈ ਜੋ ਖਤਮ ਹੋਣਾ ਪਿਆ ਆਵਾਮ ਜਿਹੜੀ ਹੈ ਜੋ ਸਾਰੀ ਹੁਣ ਘਰਾਂ 'ਚ ਜਾਣੀ ਪਈ ਆ ਅਤੇ ਇੱਕ ਮੱਤ ਵਗੈਰਾ ਵੀ ਹੈਗੀ ਆਵਾਮ ਦੀ ਕੋਸ਼ਿਸ਼ ਜਿਹੜੀ ਆ ਰਹੀ ਉਸ ਸਮੇਂ ਤੋਂ ਜਲਦੀ ਜਲਦੀ ਨਿਕਲਾ ਜਨਾਜ਼ਾ ਸਾਂ ਭਾਈ ਕਿੰਨਾ ਆ ਸੋ ਆਵਾਮ ਜਿਹੜੀ ਹੈ ਜੋ ਆਲਮੋਸਟ ਤੋਂ ਫਿਨਿਸ਼ ਹੋ ਗਿਆ ਸਾਰੀ ਆਪਣੇ ਘਰਾਂ 'ਚ ਚਲੀ ਗਿਆ ਅਤੇ ਜਨਾਜ਼ਾ ਹੋ ਸੀ ਆ ਤਾਂ ਉੱਥੇ ਜ਼ਰਾ ਆਵਾਮ ਜਾਸੀ ਆ ਤਾਂ ਮਾਸ਼ਾ ਅੱਲਾ ਸਾਨੂੰ ਤੱਕੋ ਨਾ ਬਾਜ਼ਾਰ ਨਹੀਂ ਜਿਹੜੀ ਰੌਣਕਾਂ ਆ ਜੀ ਉਹ ਹੁਣ ਵਿਰਾਨ ਹੋਣੀਆਂ ਪਿਆ ਤਾਂ ਇਹ ਦਮਾਣੀਆਂ ਲਈ ਗੱਡੀ ਆ ਜੀ ਤਾਂ ਬਾਕੀ ਆ ਪਾਰ ਸਾਂ ਤੱਕ ਉੱਥੇ ਪਾਪਾ ਹੋਰ ਜੀ ਦਮਾਣਾ ਵੀ ਆਉਂਦਾ ਹੋਣਾ ਤਾਂ ਨਾਲ ਹੀ ਕੇਲਾ ਅੱਜ ਕੱਲ੍ਹ ਦਮਾਣੀਆਂ ਤਾਂ ਖੱਬੀਆਂ ਦਾ ਸੀਜ਼ਨ ਹੈ ਤਾਂ ਆਵਾਮ ਜਿਹੜੀ ਖੰਨੀ ਨਾ ਜੀ ਉਹ ਦਮਾਣਾ ਤਾਂ ਖੱਬੜੀ ਖੰਨੀ ਪਈ ਆ ਤਾਂ ਇਸ ਵਜ੍ਹਾ ਅਸੀਂ ਗੱਡੀਆਂ ਦੇ ਪਾਪੇ ਜਿਹੜੇ ਆਏ ਜੀ ਉਹ ਵੀ ਆਉਣ ਨੇ ਜਿਹੜੀ ਆਵਾਮ ਜਿਹੜੀ ਚੀਜ਼ ਆ ਜੀ ਉਹ ਜ਼ਿਆਦਾ ਖੰਨੀ ਹੈ
ਤਾਂ ਬਾਕੀ ਉਹ ਪਾਪ ਸਾਨੂੰ ਤੱਕ ਜੀ ਸਾਡੇ ਪਾਪਾ ਲੱਗੇ ਮਸ਼ੀਨ ਉਹਨਾਂ ਨੇ ਖਰਾਬ ਹੋਈ ਆ ਤਾਂ ਮਸ਼ੀਨਾਂ ਕੀ ਸੈੱਟ ਕਰੀ ਰਹੇ ਤਾਂ ਕਿ ਜਿਹੜੀ ਹਵਾ ਮੈਂ ਜੀ ਡੇਮੇ ਲਈ ਉਹ ਕਟਾਈ ਕਰੀ ਕਿੰਨਾ ਜਿਹੜੀ ਮਸ਼ੀਨ ਹੈ ਜੀ ਇਹ ਵੀ ਇਹਨਾਂ ਨੇ ਆਪਣੀਆਂ ਜ਼ਿਆਦਾ ਇਹਨਾਂ ਨੂੰ ਪਾਣੀ ਜਿਹੜੀਆਂ ਜੋ ਕਾਫੀ ਬਹੀਆਂ ਕਣਕਾਂ ਛੜਕਾਂ ਕਟਾਈ ਕਰੀ ਰਹੇ ਮਸ਼ੀਨ ਠੀਕ ਹੁੰਦੀ ਹੈ ਤਾਂ ਫਿਰ ਕਣਕਾਂ ਨਹੀਂ ਕਟਾਈ ਹੁੰਦੀ ਹੈ ਜੀ ਹਾਂ ਨੂੰ ਸਭ ਰਾਵੀ ਆਉਂਦੀ ਆ ਇੱਥਾਂ ਆਪਣੀ ਗੱਡੀ ਤਾਂ ਗੱਡੀ ਜੀ ਨਾ ਫਰੂਟ ਆਉਂਦਾ ਜੀ ਤਾਂ ਨਾਲ ਹੀ ਸਬਜ਼ੀ ਮਾਸ਼ਾ ਅੱਲਾ ਅਸਲਾਮ ਵਾਲਿਕਮ ਕਹਿ ਲਾ ਜੀ ਠੀਕ ਹੋ ਅੱਜ ਕਿਆ ਕਿਆ ਆਉਂਦਾ ਉਹਨੇ ਸਬਜ਼ੀ ਦਾ ਫਰੂਟ ਤਾਂ ਬਾਕੀ ਪਾ ਗਿਆ ਸਾਨੂੰ ਤਾਂ ਸਾਡੇ ਪਾਪੇ ਵੀ ਆਏ ਜੀ ਇੱਥੇ ਸ਼ਾਪਿੰਗ ਕਰਨ ਵਾਸਤੇ ਖਾਨ ਸਾਹਿਬ ਇਸ ਵੇਲੇ ਬਿਜ਼ੀ ਹੈ ਤਾਂ ਇਹਨਾਂ ਜਿਹੜਾ ਜੀ ਸੇਬ ਆਉਂਦਾ ਵਾ ਸਬਜ਼ੀ ਦਾ ਰੇਟ ਕਿਆ ਚੱਲੀ ਰਿਹਾ ਸਭ ਤੋਂ ਸਸਤੀ ਸਬਜ਼ੀ ਸਬਜ਼ੀ ਕਿਹੜੀ ਆ ਸਸਤੀ ਸਬਜ਼ੀ ਸਾਰੀ ਸਬਜ਼ੀ ਹੈ ਸ਼ਿਮਲਾ ਮਿਰਚ 150 ਖੀਰਾ 100 ਕਰੇਲਾ 150 ਮਾਸ਼ਾ ਅੱਲਾ ਟਮਾਟਰ 100 ਹੈ ਤਰਬੂਜ਼ਾ 100 ਭਿੰਡੀ 300 ਪਿਆਜ਼ 500 ਉਹਨਾਂ ਚਾਚੂਆਂ ਕੀ ਦਿਓ ਹੈ ਸਸਤਾ ਕਹੇ ਤਾਂ ਦਿਓ ਇਹ ਸਾਰਾ ਦਿਓ ਇਹਨੇ ਸਰ ਹਵਾ ਵੀ ਥਾ ਅੱਛੀ ਆ ਜੀ ਸਸ ਭਾਈ ਬਣੀ ਅੱਛੀ ਹੈ ਕਿ ਤਾਂ ਜੀ ਜਿਹੜੀ ਅੱਜ ਸਸਤੀ ਅੱਛੀ ਆ ਤੇ ਕਿ ਉਹਨਾਂ ਹਵਾ ਨੂੰ ਜੁਲੀ ਆ ਕਾਰ ਮੋਟਰਸਾਈਕਲਾਂ ਵਾ ਮਾਸ਼ਾ ਅੱਲਾ ਤਾਂ ਬਾਕੀ ਮੈਂ ਜੁਲਾ ਸਾਹਿਬ ਨੇ ਕਾਰ ਕੀ ਆ ਕਿ ਟਾਈਮ ਜਿਹੜਾ ਉਹ ਜ਼ਿਆਦਾ ਆਉਣਾ ਪਿਆ ਕੁਝ ਅਸਾਂ ਕੋਈ ਦੱਸੋ ਜਾਂ ਲੱਗੇ ਜਾਂ ਕਾਰ ਅੱਜ ਸਭ ਬੋਲੀ ਨਹੀਂ ਮਾਰੀ ਆ ਮੈਂ ਨਾਰਾਜ਼ ਹੋਇਆ ਵਾਂ ਕੀ ਆ ਆ ਦਿਲ ਨਹੀਂ ਉਹ ਤਾਂ ਜਿਹੜਾ ਆਇਆ ਉਹ ਤਾਂ ਉਹਨਾਂ ਕਿਹਨੂੰ ਦੇਣੇ ਜਿਹੜੇ ਬੰਦੇ ਆਏ ਉਹਨਾਂ ਕਿਹਨੂੰ ਦੇਣੇ ਉਸਤਾਦ ਰਾਏ ਦਾ ਕੋਣ ਅੱਜ ਬੋਲੀ ਨਹੀਂ ਮਾਰੀ ਰਿਹਾ ਮੈਂ ਬੋਲੀ ਮਾਰ ਕੇ ਚੀਜ਼ ਕਿੰਨਾ ਬੋਲੀ ਨਹੀਂ ਮਾਰਨਾ ਪਿਆ ਕੈ ਇਹ ਬੈਨ 150 ਦੋ ਕੈ ਕਿਲੋ ਹੈ ਸੋ ਨਹੀਂ ਦੋ ਕਿਲੋ ਮਾਸ਼ਾ ਅੱਲਾ ਭਾਪਾ ਸਾਨੂੰ ਤਾਂ ਕੋਈ ਜਿੱਥੇ ਖਕੜੀਆਂ ਵੇਚੀ ਰਹੇ ਪਾਪੇ ਬਹੁਣ ਖਕੜੀ ਪਾਓ ਖਕੜੀ ਫੱਟੀ ਵੀ ਨਹੀਂ ਪਾਣੀ ਆਇਆ ਮਿੱਠੀ ਜਿਹਾ ਗਿਆ ਕੱਟੀ ਨੇ ਉਸ ਤਰ੍ਹਾਂ ਨਹੀਂ ਹੋਇਆ ਜ਼ਿਆਦਾ ਮਿੱਠਾ ਨਾਲ ਮੱਖੀਆਂ ਵੀ ਜਾਣਾ ਤੋਲੀ ਦਾ ਲੋ ਜੀ ਤੋਲਣ ਗਿਆ ਅਸੀਂ ਸੁਰਾਹ ਹੈ ਇਸ ਵਜ੍ਹਾ ਤੋਂ ਇਸ ਥੋੜ੍ਹਾ ਐਕਸਟਰਾ ਪਾਇਆ ਆ ਉਸ ਬਹੁਤ ਵਾਲਾ ਸੱਚੀ ਕਹਿੰਦਾ ਅਜਾ ਬੋਲਣਾ ਜੀ ਪਛਤਾ ਹੀ ਬੋਲਣਾ ਆ ਬੋਲੀ ਪਿੰਡੀ ਨਾ ਮਾਰੇ ਗੁਜਰ ਖਾਨ ਮੰਡੀ ਨਾ ਗੁਜਰ ਖਾਨ ਸੂ ਵਾਹ ਜੀ ਵਾਹ ਪੈਸੇ ਹੋਈ ਗਏ ਨਾ ਪੈਸੇ ਹੋਈ ਗਏ ਨਾ ਠੀਕ ਹੈ ਹੁਣ ਜਾਓ ਸੋ ਫਾਈਨਲੀ ਜੁਮਾ ਬਾਜ਼ਾਰ ਜਿਹੜਾ ਹੈ ਜੀ ਉਹ ਹੁਣ ਗਿਆ ਫਿਨਿਸ਼ ਅਸਾਂ ਵੀ ਸ਼ੂਗਰ ਕਿੰਨੀ ਤਾਂ ਆ ਹੀ ਗਏ ਹਾਂ ਜੀ ਇੱਧਰ ਫਰੂਟੀ ਅਸਾਂ ਜਾ ਕਿੰਦਾ ਜੋ ਖਕੜੀ ਕਿੰਦੀ ਆ ਸਾਨੂੰ ਪਤਾ ਹੀ ਹੈ ਗਰਮੀਆਂ ਜੇ ਸਵਾਦ ਹੈ ਜੀ ਉਹ ਖਕੜੀ ਤਾਂ ਔੜ ਦਮਾਣਾ ਹੀ ਆ ਦਮਾਣਾ ਹੈ ਜਾਂ ਮਿੱਠਾ ਕੋਣੀ ਆ ਤਾਂ ਖਕੜੀ ਜਿਹੜੀ ਹੈ ਜੋ ਉਹ ਬਹੁਤ ਮਿੱਠੀ ਆ ਤਾਂ ਮੈਂ ਚਲੋ ਕਿੰਨੀ ਜੁਲਾ ਤਾਂ ਬਾਕੀ ਅਸਾਂ ਤੱਕ ਹੀ ਜੀ ਲਾਸਟ ਵਿਊ ਆਫ ਫਤਮਾਬਾਦ ਬਾਜ਼ਾਰ ਤਾਂ ਬਾਜ਼ਾਰ ਨਹੀਂ ਜਿਹੜੇ ਰੌਣਕਾਂ ਹੈ ਜੋ ਉਹ ਹੁਣ ਖਤਮ ਹੋਣੀਆਂ ਪਿਆ ਕਿਉਂਕਿ ਜੁਮਾ ਜਿਹੜਾ ਜੀ ਉਹ ਫਿਨਿਸ਼ ਹੋਈ ਗਿਆ ਨਾਲ ਹੀ ਜੁਮਾ ਬਾਜ਼ਾਰ ਜਿਹੜਾ ਸੀ ਉਹ ਵੀ ਹੋਈ ਗਿਆ ਫਿਨਿਸ਼ ਤਾਂ ਵਾਹਮ ਜਾਣੀ ਪਈ ਆ ਹੁਣ ਘਰਾਂ ਵਿੱਚ ਇੱਥੇ ਇੱਕ ਮਾਤਮ ਹੋਈ ਗਿਆ ਤਾਂ ਆਵਾਮ ਦੀ ਕੋਸ਼ਿਸ਼ ਹੈ ਕਿ ਅਸਾਂ ਟੇਮਾਂ ਨਾਲ ਇੱਥੇ ਪੁੱਛਾਂ ਉਹ ਜਿਹਾ ਜਨਾਜ਼ਾ ਹੈ ਜੀ ਉਹ 2:30 ਵਜੇ ਅੱਜਾ ਹੋਇਆ ਜੀ ਫਿਰ ਅਸੀਂ ਘਾਹ ਜਲਾਂ ਰੁਜ਼ੂ ਕਰਾਂ ਤਾਂ ਫਿਰ ਉੱਧਰ ਨਿਕਲ ਗਿਆ ਅੱਜ ਮੌਸਮ ਜਿਹਾ ਜੀ ਉਹ ਵੀ ਇੰਤਹਾਈ ਖੂਬਸੂਰਤ ਹੈ ਚਾਰ ਪੇਰ ਤਾਂ ਬਾਰਿਸ਼ ਲਗੀ ਸੀ ਅਸਾਂ ਤੱਕ ਹੋਇਆ ਕਿਤਨੀ ਦੇਰੀ 'ਚ ਬਾਰਿਸ਼ ਪਹੁੰਚਣੀ ਆ ਤਾਂ ਸਾਰੀ ਕੋਸ਼ਿਸ਼ ਹੈ ਕਿ ਬਾਰਿਸ਼ਾਂ ਸੁੱਤਲ ਜਿਹੜਾ ਜੋ ਕਾਰਡ ਪਹੁੰਚ ਜਾਂਦਾ ਬਾਕੀ ਅੱਜ ਨਹੀਂ ਵੀਡੀਓ ਦੌਰਾਨ ਕਿਸੇ ਕਿਸਮ ਦੀ ਗਲਤੀ ਕੀਤੀ ਹੋਈ ਹੈ ਤਾਂ ਮਾਫ਼ ਕਰੇ ਤਾਂ ਬਹੁਤ ਜਲਦ ਸਾਨੂੰ ਖਿਦਮਤ ਕਿ ਨਈ ਵੀਡੀਓ ਨਾਲ ਆਜ਼ੋ ਸਾਹਿਬ ਤੱਕ ਦੇ ਸੋ ਇਜਾਜ਼ਤ ਕੀ ਮਾਨ ਅੱਲਾ